ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਹੈ ਕਿ NCC ਕੈਡਿਟ ਵਿੱਚ ਨੌਜਵਾਨਾਂ ਦੀ ਗਤੀਸ਼ੀਲਤਾ ਸ਼ਾਮਲ ਹੈ ਅਤੇ ਇਸ ਨਾਲ ਸੰਗਠਨ ਦੇ ਅਨੁਸ਼ਾਸਨ ਦਾ ਪਤਾ ਚੱਲਦਾ ਹੈ। ਦਿੱਲੀ ਛਾਉਣੀ ਵਿੱਚ NCC ਗਣਤੰਤਰ ਦਿਵਸ ਕੈਂਪ ਦਾ ਉਦਘਾਟਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਰੇ NCC ਕੈਡਿਟ ਦੇਸ਼ ਦਾ ਆਉਣ ਵਾਲਾ ਭਵਿੱਖ ਨੇ। ਉਹਨਾਂ ਕਿਹਾ ਕਿ ਭਾਰਤ ਦੇ ਵਿਕਾਸ ਅਤੇ ਅੱਗੇ ਲਿਜਾਣ ਵਿੱਚ ਇਹ ਕੈਡਿਟ ਸਭ ਤੋਂ ਮਹੱਤਵਪੂਰਨ ਪੱਖ ਨੇ। ਜਗਦੀਪ ਧਨਖੜ ਨੇ ਕਿਹਾ ਕਿ NCC ਵਿੱਚ ਸਮੇਂ ਦੀ ਪਾਬੰਦੀ, ਦ੍ਰਿੜਤਾ ਅਤੇ ਸਖ਼ਤ ਮਿਹਨਤ ਨਾਲ ਕੈਡਿਟ ਨੂੰ ਸਕਾਰਾਤਮਕ ਅਤੇ ਸਭ ਤੋਂ ਵੱਧ ਯੋਗ ਮਨੁੱਖ ਬਣਾਇਆ ਜਾਂਦਾ ਹੈ। By your actions and conduct, you all exemplify unity in diversity. As ambassadors for national awareness campaigns, fostering integration across cultural, religious and geographical lines. Your participation with cadets from 25 countries mirrors India's recent G20 leadership guided by one earth, one family, one future. ਉਪ ਰਾਸ਼ਟਰਪਤੀ ਨੇ ਕਿਹਾ ਕਿ NCC ਇਹਨਾਂ ਕੈਡਿਟਾਂ ਨੂੰ ਕੌਮੀ ਜਾਗਰੂਕਤਾ ਅਭਿਆਨਾਂ ਦੇ ਰਾਜਦੂਤ ਦੇ ਰੂਪ ਵਿੱਚ ਕਾਰਜ ਕਰਨ ਲਈ ਪ੍ਰੇਰਿਤ ਕਰਦਾ ਹੈ ਅਤੇ ਸੱਭਿਆਚਾਰਕ, ਧਾਰਮਿਕ ਅਤੇ ਭੂਗੋਲਿਕ ਖੇਤਰਾਂ ਵਿੱਚ ਏਕੀਕਰਨ ਨੂੰ ਵਧਾਉਣ ਦੇ ਲਈ ਮੋਹਰੀ ਬਣਾਉਂਦਾ ਹੈ। ਇਸ ਮੌਕੇ ਉਪ ਰਾਸ਼ਟਰਪਤੀ ਨੇ ਚਿਤੌੜਗੜ੍ਹ ਦੇ ਸੈਨਿਕ ਸਕੂਲ ਵਿੱਚ ਆਪਣੇ NCC ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਨਾਲ ਉਹਨਾਂ ਦੇ ਜੀਵਨ ਉੱਤੇ ਸਕਾਰਾਤਮਕ ਪ੍ਰਭਾਵ ਪਿਆ ਹੈ। In national betterment initiatives. I am delighted and extremely satisfied to note your impactful involvement in Swachh Bharat Abhiyan, digital transactions, Beti Batao Beti Padhao and environmental contribution. ਉਪ ਰਾਸ਼ਟਰਪਤੀ ਨੇ ਸਵੱਛ ਭਾਰਤ ਅਭਿਆਨ, ਡਿਜੀਟਲ ਲੈਣ ਦੇਣ, ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਵਾਤਾਵਰਣ ਲਈ ਯੋਗਦਾਨ ਵਿੱਚ NCC ਕੈਡਿਟਾਂ ਦੀ ਮਹੱਤਵਪੂਰਨ ਭਾਗੀਦਾਰੀ ਉੱਤੇ ਪ੍ਰਸ਼ੰਸਾ ਜ਼ਾਹਰ ਕੀਤੀ। ਉਹਨਾਂ ਨੇ ਵਿਸ਼ਵਾਸ ਜਿਤਾਇਆ ਕਿ NCC ਕੈਡਿਟ ਇਸੇ ਉਤਸ਼ਾਹ, ਜੋਸ਼ ਅਤੇ ਸਮਰਪਣ ਦੇ ਨਾਲ ਕੰਮ ਕਰਦੇ ਰਹਿਣਗੇ ਤਾਂ ਦੇਸ਼ ਨੂੰ ਸਾਲ 2047 ਤੱਕ ਅਸਲ ਮਾਇਨਿਆਂ ਵਿੱਚ ਵਿਕਸਿਤ ਰਾਸ਼ਟਰ ਅਤੇ ਵਿਸ਼ਵ ਵਿੱਚ ਮੋਰੀ ਬਣਾਇਆ ਜਾ ਸਕੇਗਾ।